ਡੱਕਾ ਸਾਲ ਗਵਾਂਢੀਆਂ ਦਾ ਹੈਗਾ, ਸਾਰਾ ਦਿਨ ਕੰਮ ਲੱਗੇ ਰਹਿੰਦਾ। ਇੱਕ ਮੇਰੇ ਵਾਲਾ ਹੈ, ਉਹਦਾ ਡੱਕਾ ਨਹੀਂ ਤੋੜ ਕੇ ਦਿੰਦਾ ਹੈਗਾ। ਸਾਲਾ ਇੱਕ ਜੱਟਾਂ ਦਾ ਇਹ ਪੰਗਾ, ਹੁਣ ਪੀਤੇ ਦਰਬਾਰ ਦਾ ਪਤਾ ਨਹੀਂ ਕੀ ਬਣੂਗਾ। ਕੀ ਜਾਂਦਾ ਇਹ, ਆਹ ਕਿੰਨੇ ਟਾਈਮ ਦਾ ਆਇਆ, ਸਾਲੇ ਦੋ ਡਾਲ ਹੀ ਲੱਗਦਾ ਵੱਡੇ ਹਜੇ। ਆਹ ਫੋਨ 'ਤੇ ਲੱਗਿਆ ਪਿਆ ਹੈਗਾ, ਇੱਕ ਆਹ ਫੋਨ ਨੇ ਦੁਨੀਆ ਬਰਬਾਦ ਕਰਤੀ। ਸਾਲਾ ਸੀਰੀ ਪਾਲੀ ਨੂੰ ਕੰਮ ਵੀ ਨਹੀਂ ਕਰਨ ਦਿੰਦੇ ਹੈਗੇ, ਇਹਨਾਂ ਨੇ ਹੈੱਡਫੋਨ ਲੈ ਲਏ। ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ ਫੋਨਾਂ ਦਾ। ਵੀ ਨਜ਼ਰ ਨਾ ਆਉਂਦੀ ਐ ਵੀ ਆਉਂਦੀ ਐ ਆਉਂਦੀ ਐ। ਉਹ ਗੀਤ ਹੀ ਗਾਈ ਜਾਂਦਾ ਵੱਡ ਵੁੱਡ ਲੈ ਕੱਖ। ਹੋਰ ਜੀ ਸਰਦਾਰ ਜੀ, ਕਿਵੇਂ ਹੋ, ਠੀਕ ਹੋ? ਉਹ ਹਾਂ, ਮੈਂ ਤਾਂ ਠੀਕ ਹੈ, ਤੂੰ ਸੁਣਾ, ਘਰੇ ਸਭ ਠੀਕ ਠਾਕ ਨੇ? ਜਵਾਕ ਘਰੇ ਸਭ ਠੀਕ ਨੇ? ਜਵਾਕ ਤੇਰਾ ਵਧੀਆ ਪੜ੍ਹੀ ਜਾਂਦਾ? ਹਾਂ ਜੀ, ਸਵਾਗ ਪੜ੍ਹੀ ਜਾਂਦਾ, ਵਧੀਆ ਪੜ੍ਹੀ ਜਾਂਦਾ ਹੈਗਾ। ਚੱਲ ਵਧੀਆ ਪੜ੍ਹਾ ਕੇ ਰੱਖੀ, ਮੇਰੀ ਮੰਤਰੀ ਨਾਲ ਵਧੀਆ ਬਣਦੀ ਹੈ, ਆਪਾਂ ਨੂੰ ਕਿਤੇ ਨਾ ਕਿਤੇ ਨੌਕਰੀ ਦਵਾ ਦਾਂਗੇ। ਅੱਛਾ ਜੀ, ਬਹੁਤ ਬਹੁਤ ਧੰਨਵਾਦ ਜੀ, ਫਿਰ ਜੇ ਤੁਸੀਂ ਐਂ ਕਰ ਦੋਗੇ। ਓਏ ਧੰਨਵਾਦ ਵਾਲੀ ਕੀ ਗੱਲ ਆ, ਤੂੰ ਕੰਮ ਤਾਂ ਕਰੀ ਚੱਲ, ਗੱਲਾਂ ਫੇਰ ਕਰ ਲਾਂਗੇ, ਤੂੰ ਗੱਲ ਅਸੀਂ ਕਰੀ ਚੱਲ ਗੱਲ ਤੂੰ। ਹਾਂਜੀ ਹਾਂਜੀ, ਪੜ੍ਹਾਈ ਚੱਲ, ਉਹਨੂੰ ਆਪਾਂ ਨੌਕਰੀ ਨੌਕਰੀ ਲਵਾ ਦਾਂਗੇ, ਠੀਕ ਹੈ? ਹਾਂਜੀ, ਬਹੁਤ ਧੰਨਵਾਦ ਹੋ ਜੂ ਜੀ ਤੁਹਾਡਾ, ਜੇ ਇੰਨਾ ਕਰ ਦਿਓ ਜੀ। ਕਿੰਨੇ ਕੁ ਰਹਿ ਗਏ ਹੋਰ? ਬਸ ਸਰਦਾਰਾ ਆਹੀ ਰਹਿ ਗਏ ਥੋੜ੍ਹੇ ਜੇ। ਚੱਲ ਛੇਤੀ ਵੱਢ ਯਾਰ, ਕੰਮ ਹੋਰ ਵੀ ਬਹੁਤ ਨੇ ਗੇ। ਸਰਦਾਰ ਅੱਜ ਕਿਵੇਂ ਨਾਰਾਜ਼ ਜਿਹਾ ਲੱਗਦਾ, ਹਾਲ ਚਾਲ ਪੁੱਛੀਏ ਜਾ ਕੇ, ਨਾਲੇ ਪਾਣੀ ਪੂਣੀ ਪੀ ਆਉਂਦੇ ਗੇ। ਉਹ ਕਿਵੇਂ ਸਰਦਾਰਾ, ਉਦਾਸ ਜਿਹਾ ਲੱਗਦਾ। ਉਹ ਉਦਾਸ ਕਾਹਦਾ ਯਾਰ, ਉਹ ਪੀਤਾ ਨਹੀਂ ਹੈਗਾ ਤੀਆਂ ਨੰਬਰਦਾਰਾਂ ਦਾ ਪੀਤਾ? ਓਏ ਓਹੋ, ਜਿਹਦਾ ਆਪਾਂ ਲਾਲ ਜਿਹਾ ਟਰੈਕਟਰ ਨਹੀਂ ਮੰਗ ਕੇ ਲੈ ਕੇ ਆਏ ਕਈ ਵਾਰ? ਅੱਛਾ, ਲੈ ਕੇ ਆਏਗਾ? ਹਾਂ 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 ਹਾਂ। ਉਹ ਯਾਰ, ਰਾਤ ਫਾਹਾ ਲੈ ਗਿਆ। ਅੱਛਾ, ਹੋਰ ਤੈਨੂੰ ਪਤਾ ਝਾੜ ਅੱਜ ਐਤਕੀ ਘੱਟ ਨਿਕਲਿਆਗਾ, ਠੇਕਾ ਪੂਰਾ ਨਹੀਂ ਹੋਇਆ, ਕਰਜ਼ਾ ਪਹਿਲਾਂ ਹੀ ਬਹੁਤ ਸੀਗਾ, ਬੋਝ ਝੱਲ ਨਹੀਂ ਹੋਇਆ, ਅਗਲਾ ਫਾਹਾ ਲੈ ਗਿਆ। ਗੁਰਜੰਟ ਸਿਆਂ, ਮੈਨੂੰ ਇੱਕ ਗੱਲ ਸਮਝ ਨਹੀਂ ਆਈ ਹੈਗੀ ਜੱਟਾਂ ਦੀ। ਕੀ? ਜੇ ਕਰਜ਼ਾ ਚੜ੍ਹ ਵੀ ਗਿਆ ਸੀ, ਹੌਲੀ ਹੌਲੀ ਉੱਤਰ ਜੂ, ਇਹ 'ਚ ਮਰਨ ਦੀ ਕੀ ਲੋੜ ਸੀ? ਆਹ ਸਾਡਾ ਵਿਹੜਾ ਦੇਖ ਲੈ, ਤੇਰਾ ਸਾਰਾ ਕਰਜ਼ਾ ਹੀ ਹੈ, ਕੰਮ ਕਰੀ ਜਾਂਦੇ ਹੈ, ਲਾਹੀ ਜਾਂਦੇ ਹੈ। ਗੱਲ ਤਾਂ ਤੇਰੀ ਜੱਟਿਆ ਠੀਕ ਹੈ, ਪਰ ਸਾਡੇ ਲੋਕਾਂ ਨੂੰ ਤਾਂ ਉਹਨਾਂ ਦੀ ਅਣਖੀ ਮਾਰ ਜਾਂਦੀ ਹੈ। ਉਹ ਜੱਟਾਂ ਦਾ ਇਹੀ ਹਾਲ ਹੈ, ਆਹ ਕਰਜ਼ਾ ਵੀ ਅਣਖੇ ਪਿੱਛੇ ਲੈਂਦੇ ਨੇ, ਅਣਖੇ ਪਿੱਛੇ ਮਰ ਜਾਂਦੇ ਨੇ ਕਰਜ਼ਾ ਲੈ ਕੇ। ਗੁਰਜੰਟ ਸਿਆਂ, ਓਏ ਫੋਨ ਫੂਨ ਚੱਕ ਲਿਆ ਕਰੋ, ਘਰੋਂ ਸੁਨੇਹਾ ਆਇਆ, ਕੋਈ ਰਿਸ਼ਤੇਦਾਰ ਆਏ ਨੇ, ਬੁਲਾਇਆ ਸਰਦਾਰਨੀ ਨੇ। ਉਹ ਕੋਈ ਨਾ ਜਾਣਾ ਮੈਂ, ਤੇ ਨਾਲੇ ਗੱਲ ਸੁਣ ਜੱਟਿਆ, ਮੈਂ ਚੱਲਿਆ ਘਰ ਨੂੰ, ਤੂੰ ਲਿਆਈ ਕੱਖ ਵੱਢ ਕੇ, ਠੀਕ ਹੈ? ਉਹ ਨਾਲੇ ਅੱਜ ਪਾਣੀ ਦੀ ਵਾਰੀ ਹੈ, ਅੱਜ ਰਾਤ ਨੂੰ ਇੱਥੇ ਸੌਂ ਜਾਈਂ ਆ ਕੇ, ਤੂੰ ਸਮਝ ਗਿਆ? ਅਣਖ, ਉਹ ਜੇ ਐਡੀ ਅਣਖ ਸੀ, ਨਾ ਚੁੱਕ ਕੇ ਪਾਉਂਦਾ ਕਰਜ਼ੇ ਤੇ ਕੋਠੀ, ਕਰਜ਼ਾ ਚੁੱਕਣ ਲੱਗੇ ਤਾਂ ਪਤਾ ਨਹੀਂ ਲੱਗਦਾ ਵੀ ਮੁੜਾ ਏ ਕਿਵੇਂ, ਜਦੋਂ ਫਿਰ ਮੁੜਦਾ ਨਹੀਂ ਹੈਗਾ ਕਿ ਅਣਖ 'ਚ ਆਇਆ ਜੱਟ ਫਾਹਾ ਲੈ ਗਿਆ। ਖੁਦਕੁਸ਼ੀ, ਉਹ ਖੁਦਕੁਸ਼ੀ ਕਰਨਾ ਤਾਂ ਕਮਜ਼ੋਰ ਬੰਦੇ ਦੀ ਨਿਸ਼ਾਨੀ ਹੈ, ਡਰਪੋਕ ਬੰਦੇ ਦੀ, ਇਹਦੇ ਵਿੱਚ ਕਾਹਦੀ ਬਹਾਦਰੀ। ਚੱਲ ਜੰਟਿਆ, ਆਪਾਂ ਨੂੰ ਨਹੀਂ ਕੰਮ ਕਰੇ ਬਿਨਾਂ ਸਰਨਾ, ਕਿੱਥੇ ਲੱਗੀਏ ਕਿਸੇ। ਉਹ ਤੇਰੇ ਰੰਗਾਂ ਦੇ ਵਿੱਚ ਰੰਗੀ ਦੁਨੀਆ ਰਹਿੰਦੀ ਹੈ। ਰੋਟੀ ਪੱਕ ਗਈ, ਮੈਂ ਸੱਤੇ ਨੂੰ ਹਾਕ ਮਾਰਦੀਆਂ। ਸੱਤੇ, ਰੋਟੀ ਖਾ ਲਾ ਪੁੱਤਾ। ਹਾਂ ਮਾਤਾ, ਖਾਂਦੇ ਹਾਂ, ਬਸ ਦੋ ਲੈਣਾ ਰਹਿ ਗਈਆਂ, ਨਾਲੇ ਬਾਪੂ ਆਉਣ ਵਾਲਾ, ਦੋਨੇ ਇਕੱਠੀ ਖਾ ਲਾਂਗੇ।
ਪਰਮੋ ਅੱਲੇ ਆਈ ਰੋਟੀ ਉਹ ਖੇਤ ਮੁੜਨਾ ਅੱਜ ਬਾਰੀ ਹੈ ਲੈ ਆਈ ਜੀ ਲੈ ਬਾਪੂ ਵੀ ਆ ਗਿਆ ਪਾ ਦੇ ਮਾਤਾ ਰੋਟੀ ਭਾਈ ਜਾ ਪਾਪੇ ਕਿਵੇਂ ਚੱਲਦੀ ਹੈ ਪੜ੍ਹਾਈ ਬਾਪੂ ਪੜ੍ਹਾਈ ਥੋੜਾ ਚੱਲਦੀ ਹੈ ਮੈਂ ਪੜ੍ਹਦਾ ਰੋਟੀ ਤੇ ਖਾ ਲਾ ਢੰਗ ਨਾਲ ਆਇਆ ਪਿੱਛੋਂ ਜਾਣਾ ਪਹਿਲਾਂ ਤਾਂ ਯਾਰ ਤੂੰ ਪਾਣੀ ਲੈ ਕੇ ਆ ਉਹ ਹੋਰ ਵੀ ਕੰਮ ਧੰਦੇ ਹੁੰਦੇ ਨੇ ਮੁੜਨਾ ਪੈਣਾ ਮੈਨੂੰ ਦੁਬਾਰੇ ਉਹ ਸਤਿਗੁਰ ਉਹ ਵਧੀਆ ਵਧੀਆ ਪੜ ਜਾ ਆਪਣੇ ਸਰਪੰਚ ਦੀ ਵਧੀਆ ਬਣਦੀ ਹੈਗੀ ਕਿਤੇ ਲਵਾ ਦੂ ਤੈਨੂੰ ਲਵਾ ਦੂ ਪਾਪਾ ਸਾਰੀ ਉਮਰ ਤੇਰੀ ਹੋ ਗਈ ਪਹਿਲਾਂ ਵੱਡਾ ਬਾਪੂ ਇਹਨਾਂ ਜੱਟਾਂ ਦੇ ਗੋਲੇ ਧੰਦੇ ਕਰਦੇ ਆ ਜੀ ਨਾਲੇ ਮੈਂ ਤਾਂ ਤੁਹਾਨੂੰ ਦੇਖਿਆ ਨੀ ਕਿਸੇ ਨੂੰ ਨੌਕਰੀ ਤੇ ਲੱਗੇ ਨੂੰ ਤੂੰ ਤਾਂ ਅੱਠ ਪੜੀਆਂ ਵੀ ਨੇ ਮੈਂ ਸੁਣਿਆ ਪਹਿਲਾਂ ਅੱਠ ਪੜਿਆਂ ਨੂੰ ਨੌਕਰੀ ਮਿਲ ਜਾਂਦੀ ਸੀ ਨਾਲੇ ਹੋਰ ਮੈਂ ਕਿਸੇ ਦੀ ਸਿਫਾਰਸ਼ ਨਾਲ ਨੌਕਰੀ ਨਹੀਂ ਲੈਣੀ ਆਪਣੇ ਕਾਬਲੀਅਤ ਦੇ ਦਮ ਤੇ ਨੌਕਰੀ ਲੈਣੀ ਆ ਚਾਹੇ ਨੌਕਰੀ ਵੱਡੀ ਹੋਵੇ ਚਾਹੇ ਛੋਟੀ ਲਿਆ ਮਾਤਾ ਪਾਣੀ ਲਿਆ ਵਾਹ ਨਾ ਪਕਾਈ ਮਾਰ ਚੁੱਪ ਕਰਕੇ ਬੈਠਾ ਰਹਿ ਕਿਉਂ ਮੈਂ ਕੁਝ ਗਲਤ ਕਿਹਾ ਗਾ ਆਪਣਾ ਬਰਾਬਰ ਦਾ ਹੱਕ ਆ ਸਮਾਜ ਚ ਨਹੀਂ ਬੀਬੀ ਮੈਂ ਦੱਸ ਭਾਈ ਕੀ ਗੱਲ ਕੀਤੀ ਸੀ ਕੋਈ ਨਾ ਪੁੱਤ ਪੜ ਲਾ ਤੇਰੇ ਬਾਪੂ ਦਾ ਗੁੱਸਾ ਮੱਕੜੀ ਤੂੰ ਕੋਈ ਨਾ ਬੀਬੀ ਬਲਕਾਰ ਰੋਟੀ ਮੰਗਾ ਯਾਰ ਭੁੱਖ ਲੱਗੀ ਪਈ ਆ ਹਾਂ ਕਹਿਣਾ ਬਾਈ ਉਹ ਰਾਜੂ ਉਹ ਕਿੱਥੇ ਮਰ ਗਿਆ ਰੋਟੀ ਲਿਆ ਬਾਈ ਵਾਸਤੇ ਗੋਲੂ ਜਾ ਦੇਖ ਅੰਦਰ ਕਿੱਥੇ ਆ ਉਹ ਆ ਕੀ ਕੀਤਾ ਵਾ ਹੁਣ ਨੀ ਬਚਦਾ ਬਾਈ ਦੇ ਹੱਥੋਂ ਬਾਈ ਜੀ ਗਲਤੀ ਹੋ ਗਈ ਮਾਫ ਕਰ ਦਿਓ ਜੀ ਸਾਲਿਆ ਬਾਈ ਦੀ ਸਾਰੀ ਦਾਲ ਡੋਲਤੀ ਨਾ ਬਾਈ ਹੁਣ ਪੁੰਝੇ ਪਰ ਕੀ ਲਾ ਕੇ ਖਾਊ ਬਾਈ ਜੀ ਮਾਫ ਕਰ ਦਿਓ ਸਾਲਾ ਮਾਫੀ ਦਾ ਚਲੋ ਮੁੰਡਿਆ ਸੱਟਾਂ ਨੂੰ ਅੰਦਰ ਮੈਂ ਦੇਖਦਾ ਫਿਰ ਇਹਨੂੰ ਸਾਲੇ ਨੇ ਸਾਰਾ ਮੂਡ ਖਰਾਬ ਕਰਤਾ ਕੋਈ ਨਾ ਬਾਈ ਮੈਂ ਹੋਰ ਲੈ ਕੇ ਆਉਣਾਗਾ ਉਹ ਕੋਈ ਨਾ ਬਾਈ ਮੰਗਾਉਣਾ ਮੈਂ ਰੋਟੀ ਰੋਟੀ ਲੈ ਕੇ ਆਓ ਓਏ ਲੈ ਵੀ ਮਿੱਤਰਾ ਅੱਜ ਤਾਂ ਰਾਜੂ ਨਰਕਾਂ ਨੂੰ ਗਏ ਲੈ ਉਹ ਨਰਕਾਂ ਨੂੰ ਨੀ ਸਵਰਗਾਂ ਨੂੰ ਉਹ ਸਿਰ ਫਰਿਆ ਜਿਹੜੇ ਹਿਸਾਬ ਨਾਲ ਆਪਾਂ ਕੰਮ ਕਰਦੇ ਆ ਤੈਨੂੰ ਲੱਗਦਾ ਰੱਬ ਆਪਾਂ ਨੂੰ ਸਵਰਗਾਂ 'ਚ ਜਗ੍ਹਾ ਦੇ ਦੂਗਾ ਕੀ ਸੁਨੇਹਾ ਭੇਜਿਆ ਸਰਪੰਚ ਨੇ ਉਹ ਛੱਡ ਦੇ ਓਏ ਰਾਜੂ ਨੂੰ ਰਾਜੂ ਵਾਲਾ ਗੁੱਸਾ ਆਪਾਂ ਸਰਪੰਚ ਦੇ ਕੰਮ ਤੇ ਲਾਹਾਂਗੇ ਸ਼ੇਰੇ ਉਹ ਬਾਹਰ ਲੈ ਕੇ ਆਓ ਰਾਜੂ ਨੂੰ
ਬਾਈ ਜਦੋਂ ਵੀ ਕੋਈ ਕੰਮ ਹੁੰਦਾ ਸਰਪੰਚ ਨੂੰ ਪਰਚੀ ਭੇਜ ਦਿੰਦਾ, ਫੋਨ ਕਿਉਂ ਨਹੀਂ ਕਰਦਾ? ਉਹ ਸਾਲਾ ਇਹੀ ਦਾ ਚੱਕਰ ਹੈ ਛੋਟਿਆ। ਜਿਹੜੇ ਕੰਮ ਆਪਾਂ ਕਰਦੇ ਹਾਂ ਉਹ ਫੋਨਾਂ ਦੇ ਨਹੀਂ ਹੱਥੀ ਸੁਨੇਹਿਆਂ ਦੇ ਹੁੰਦੇ ਆ। ਫੋਨ ਤੇ ਤਾਂ ਆਪਾਂ ਕੱਲਾ ਹਾਲ ਚਾਲ ਪੁੱਛੀਦਾ। ਠੀਕ ਆ ਬਾਈ ਜੀ। ਹੈਂ ਸਰਪੰਚ ਦਾ ਫੋਨ? ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ। ਹੋ ਆਪਾਂ ਨੀ ਫੁੱਲ ਚੜਾਈ ਆ, ਆਪਣੀ ਆ ਤੁਸੀਂ ਫਿਕਰ ਕਰੋ। ਮੈਂ ਕਿਹਾ ਕਾਟੋ ਫੁੱਲਾਂ ਤੇ ਆ। ਅੱਛਾ ਬਾਈ ਨਾਲ ਗੱਲ ਕਰਨੀ ਆ, ਉਹ ਕਰਾ ਦਿੰਦੇ ਆ। ਹਾਂ ਬਾਈ ਜੀ ਸਰਪੰਚ ਦਾ ਫੋਨ ਆ, ਤੁਹਾਡੇ ਨਾਲ ਗੱਲ ਕਰਨ ਨੂੰ ਕਹਿੰਦਾ। ਹਾਂਜੀ ਸਰਪੰਚ ਸਾਹਿਬ ਮਿਲ ਗਿਆ ਤੁਹਾਡਾ ਸੁਨੇਹਾ ਮੈਨੂੰ। ਉਹ ਮੈਂ ਕਿਹਾ ਫਿਕਰ ਨਾ ਕਰੋ ਭੋਰਾ ਵੀ, ਆਪਾਂ ਸਬਕ ਦਾ ਪਾਠ ਪੜ੍ਹਾਵਾਂਗੇ। ਉਹ ਕੋਈ ਗੱਲ ਨਹੀਂ, ਆ ਜਾਂਗੇ ਸਰਪੰਚ ਸਾਹਿਬ, ਕਰ ਦਿਆਂਗੇ ਸ਼ਾਂਤੋ ਨੂੰ। ਸ਼ਾਂਤ ਕਰਨਾ ਕਰ ਦਿਆਂਗੇ ਸ਼ਾਂਤੋ ਨੂੰ। ਚਲੋ ਠੀਕ ਹੈ ਫਿਰ, ਓਕੇ। ਬਲਕਾਰਿਆ ਸ਼ਾਂਤੀ ਕਰਨਾ ਉਹਨੂੰ, ਕਰ ਦਿਆਂਗੇ। ਸਵਾਦ ਲਿਆਤਾ, ਸਿਰਾ ਲਾਤਾ ਜਗਮੀਤ ਸਿੰਘ, ਹੁਣ ਨੀ ਕੋਈ ਤੇਰੀ ਨਿਗਾਹ ਨੀ ਦੇਖਦਾ। ਹਾਂਜੀ ਹਾਂ ਸਰਪੰਚ ਸਾਹਿਬ, ਨਾਲੇ ਸੱਪ ਹੀ ਮਰ ਗਿਆ, ਨਾਲੇ ਸੋਟੀ ਬਚ ਗਈ। ਉਹ ਬਾਈ ਯਾਰ ਰੇਸ਼ਮ ਦਾ ਸਿਆਸਤ ਕਹਿੰਦੇ ਆ, ਕਿਉਂ ਜੀ ਸਰਪੰਚ ਸਾਹਿਬ? ਓਏ ਆਪਾਂ ਬਰਾੜ ਨੂੰ ਵੀ ਤਾਂ ਸਬਕ ਸਿਖਾਉਣਾ ਹੀ ਸੀ। ਸਰਪੰਚ ਸਾਹਿਬ ਦਾ ਵੀ ਫੜਾਈ ਚੱਲੀ ਹੈ, ਇੰਤਕਾਲ ਜਿਹਾ ਉਹ ਆਇਆ ਬਾਅਦ ਗੇਟ ਖੁੱਲ੍ਹਾ ਪਿਆ। ਹਾਲ ਆ ਪਟਵਾਰੀ ਸਾਹਿਬ ਵੀ ਆ ਗਏ। ਹੋਰ ਜੀ ਪਟਵਾਰੀ ਸਾਹਿਬ? ਹੋਰ ਜੀ ਸਰਪੰਚ ਸਾਹਿਬ ਕੀ ਹਾਲ ਨੇ? ਹੋਰ ਠੀਕ ਹੈ ਜੀ। ਆ ਲਓ ਤੁਹਾਡਾ ਇੰਤਕਾਲ ਵੀ ਕਰਾਤਾ। ਵਾਹ ਜੀ ਵਾਹ। ਹੋਰ ਪਟਵਾਰੀ ਸਾਹਿਬ? ਠੀਕ ਹੈ ਜੀ। ਠੰਡਾ ਲਾਉਂਗੇ ਕਿ ਗਰਮ ਲਾਉਂਗੇ? ਗਰਮੀ ਵਾਲੀ ਜਾਂ ਠੰਡਾ ਹੀ ਲਿਆ ਦਿਓ। ਜਾ ਪੁੱਤ ਠੰਡਾ ਲੈ ਕੇ ਆ। ਹੋਰ ਠੀਕ ਹੈ ਜੀ? ਹਾਂ ਠੀਕ ਠਾਕ ਜੀ ਜਮਾਂ। ਪਟਵਾਰੀ ਸਾਹਿਬ ਆਪਾਂ ਨੇ ਹੁਣ ਬਰਾੜ ਨੂੰ ਸਿਰ ਨਹੀਂ ਚੱਕਣ ਦੇਣਾ ਤਾਂ। ਹਾਂ ਜਿਵੇਂ ਕਹੋਗੇ ਉਵੇਂ ਕਰ ਦਾਂਗੇ। ਪ੍ਰਭਾ ਕਦੇ ਮੰਨਦੇ ਹੋ? ਸਰਪੰਚ ਸਾਹਿਬ ਬੈਠੇ ਆ। ਬਸ ਤੁਹਾਡੇ ਹੱਥ 'ਚ ਹੀ ਹੈ ਪਟਵਾਰੀ ਸਾਹਿਬ। ਲਓ ਜੀ ਪਟਵਾਰੀ ਸਾਹਿਬ ਠੰਡਾ ਪੀਓ। ਲਓ ਜੀ। ਉਹ ਤਾਂ ਆਪਣੇ ਨਾਲ ਪਟਵਾਰੀ ਸਾਹਿਬ ਕਾਹਦੇ ਲੈ ਅੱਖ ਮਾਰੀ ਰੱਖਦਾ। ਆਪਾਂ ਨੇ ਪੂਰਾ ਧਿਆਨ ਰੱਖਣਾ। ਆ ਵੀ ਲਓ ਪਟਵਾਰੀ ਸਾਹਿਬ। ਤੁਸੀਂ ਪੂਰਾ ਖਿਆਲ ਰੱਖਣਾ ਆਪਾਂ ਨੇ ਬਰਾੜ ਦਾ। ਜੇ ਕੋਈ ਸਾਡੇ ਲੈ ਕੇ ਸੇਵਾ ਹੋਈ ਤਾਂ ਜ਼ਰੂਰ ਦੱਸਿਓ। ਜਮਾ ਠੀਕ ਹੈ ਜੀ। ਹੈਂ ਚੰਗਾ ਜੀ ਸਰਪੰਚ ਸਾਹਿਬ, ਚੱਲਦੇ ਆ ਜੀ ਫਿਰ। ਠੀਕ ਹੈ ਜੀ ਪਟਵਾਰੀ ਸਾਹਿਬ, ਧੰਨਵਾਦ। ਹੈਲੋ। ਹੈਲੋ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ। ਸਤਿ ਸ਼੍ਰੀ ਅਕਾਲ। ਹੋਰ ਦਾ ਸੁਖਨਾਨ ਹੈ? ਹਾਂਜੀ ਹਾਂਜੀ ਪ੍ਰਧਾਨ ਜੀ, ਆਸ਼ੀਰਵਾਦ ਹੈ। ਸਾਨੂੰ ਕੀ ਹੋਣ ਲੱਗਿਆ ਪ੍ਰਧਾਨ ਸਾਹਿਬ, ਤੁਸੀਂ ਹੁਕਮ ਕਰੋ। ਬਲਵੀਰ, ਹਾਂਜੀ, ਚੋਣ ਕਮਿਸ਼ਨ ਨੇ ਵੋਟਾਂ ਦਾ ਐਲਾਨ ਕਰਤਾ, ਬਸ ਹੁਣ ਤਿਆਰੀ ਰੱਖੋ। ਜੇ ਕਿਸੇ ਚੀਜ਼ ਦੀ ਲੋੜ ਪਈ ਤਾਂ ਦੱਸ ਦੇਈ, ਪਾਰਟੀ ਤੇਰੇ ਨਾਲ ਹੈ। ਜੀ ਜੀ ਪ੍ਰਧਾਨ ਜੀ, ਹੁਣ ਨਹੀਂ, ਅਸੀਂ ਤਾਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਹਾਂ। ਚੋਣ ਪ੍ਰਚਾਰ ਦੀ ਤਾਂ ਪੂਰੀ ਤਿਆਰੀ ਚੱਲ ਰਹੀ ਹੈ, ਤੁਸੀਂ ਬੇਫਿਕਰ ਹੋ ਕੇ ਰਹੋ ਸਾਡੇ ਤੋਂ। ਉਹ ਤਾਂ ਮੈਨੂੰ ਪਤਾ ਬਲਵੀਰ ਸਿੰਘ, ਗੱਲ ਸਮਝਿਆ ਕਰ। ਲੋਕ ਬੋਲਣ ਲੱਗ ਪਏ, ਜਵਾਬ ਮੰਗਣ ਲੱਗ ਪਏ, ਪਹਿਲਾਂ ਦੇ ਲੋਕ ਨਹੀਂ ਰਹੇ।
ਸਿਆਸਤ ਦੇ ਵੀ ਨਵੇਂ ਤਰੀਕੇ ਲੱਭਣੇ ਪੈਣਗੇ। ਜੀ ਜੀ ਪ੍ਰਧਾਨ ਜੀ, ਕਰਦੇ ਆ ਫਿਰ ਕੁਝ। ਹਾਂ ਹਾਂ ਕਰੋ ਕਰੋ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ। ਓ ਦਰਸ਼ਨ। ਹਾਂਜੀ ਬਾਈ ਜੀ। ਆ ਮਾੜਾ ਜਿਹਾ ਉਰੇ ਆ ਗਿਆ ਬਾਈ ਜੀ। ਹਾਂਜੀ ਬਾਈ ਜੀ, ਹੋ ਠੀਕ ਹੈ? ਪ੍ਰੋਗਰਾਮ ਹੋਵੇ ਆਪਣੀ ਡੈਰੀ ਦੇ ਵਿੱਚ ਨੋਟ ਕਰਦਾ ਰਹੀ, ਲੋਕਾਂ ਦੀਆਂ ਨਜ਼ਰਾਂ 'ਚ ਆਉਣੀ ਚਾਹੀਦੀਆਂ, ਸਮਝ ਗਿਆ ਗੱਲ? ਠੀਕ ਹੈ ਬਾਈ ਜੀ। ਹਾਂ, ਮੈਨੂੰ ਪ੍ਰਧਾਨ ਸਾਹਿਬ ਦਾ ਫੋਨ ਆਇਆ ਸੀ, ਕਹਿੰਦਾ ਵੀ ਇਸ ਵਾਰ ਆਪਣੀ ਪਾਰਟੀ ਬਹੁਮਤ ਨਾਲ ਜਿੱਤਣੀ ਚਾਹੀਦੀ ਹੈ। ਮੈਂ ਪ੍ਰਧਾਨ ਜੀ ਨੂੰ ਪੂਰਾ ਵਿਸ਼ਵਾਸ ਦਿੱਤਾ ਵੀ ਮਹਾਂ ਬੇਫਿਕਰ ਹੋ ਜੀ ਪ੍ਰਧਾਨ ਜੀ, ਸਾਡੇ ਕਨੀਓ ਐਡੀ ਚੋਟੀ ਦਾ ਪੂਰਾ ਜ਼ੋਰ ਲੱਗਿਆ ਹੋਇਆ, ਹੁਣ ਦੱਸਣਾ ਤੁਸੀਂ ਪੂਰਾ ਧਿਆਨ ਰੱਖਣਾ। ਮੈਂ ਕਿਹਾ ਸਰਪੰਚ ਸਾਹਿਬ ਜੀ, ਸੱਤੀ ਅਗਲਾ ਚੱਕ ਪੁੱਤ, ਐਤਕੀ ਪੂਰਾ ਜ਼ੋਰ ਲਾਉਣਾ ਆਪਾਂ ਨੇ ਐਡੀ ਚੋਟੀ ਦਾ, ਆਪਣੇ ਕਨੀਓ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਠੀਕ ਹੈ ਬਾਈ, ਠੀਕ ਹੈ ਨਾ ਬਾਈ? ਠੀਕ ਹੈ ਬਾਈ ਜੀ, ਮੈਂ ਚੱਲਦਾ ਫਿਰ। ਉਹ ਦਰਸ਼ਨ ਗੱਲ ਸੁਣ ਮਾੜੀ ਜੀ। ਹਾਂਜੀ ਬਾਈ ਜੀ। ਮਾੜਾ ਜਿਹਾ ਆਪਣੇ SHO ਸਾਹਿਬ ਨੂੰ ਸੁਨੇਹਾ ਲਾ ਜੀ ਜਾਂਦਾ ਜਾਂਦਾ। ਕੀ ਬਾਈ ਜੀ? ਵੀ ਇਲੈਕਸ਼ਨ ਤੱਕ ਬੱਲਾ ਚੁੱਪ ਰਹੇ। ਅੱਛਾ ਬਾਈ ਜੀ, ਠੀਕ ਹੈ, ਉਹ ਵੀ ਹੋ ਜੂ ਤੁਹਾਡਾ ਕੰਮ। ਠੀਕ ਠੀਕ ਹੈ ਜੀ, ਪ੍ਰਵਾਨ ਆ ਮੈਨੂੰ। ਠੀਕ ਹੈ ਸਾਹਿਬ, ਠੀਕ ਹੈ, ਓਕੇ। ਬਾਈ ਜੀ, ਮੈਂ ਕਹਿੰਦਾ ਸੀਗਾ ਵੀ ਆਪਾਂ ਬੱਲੇ ਨੂੰ ਬਾਹਰ ਨਾ ਕਢਾ ਲਈਏ, ਨਾਲੇ ਬੋਟਾ ਵਾਲੇ ਆਪਣੇ ਕੰਮ ਆਊ। ਉਹ ਮੈਂ ਸਮਝਦਾ, ਬੱਲਾ ਤੇਰੇ ਚਾਚੇ ਦਾ ਮੁੰਡਾ, ਤੇਰਾ ਛੋਟਾ ਭਰਾ ਹੈ, ਉਹਨੂੰ ਮੈਂ ਵੀ ਪੁੱਤਾਂ ਵਾਂਗੂ ਰੱਖਿਆ। ਉਹ ਉੱਥੇ ਵੀ ਸਰਦਾਰੀ ਕਰਦਾ ਅਤੇ ਉਰੇ ਵੀ ਸਰਦਾਰੀ ਕਰਦਾ ਸੀ। ਉਹ ਤਾਂ ਭਾਈ ਜੀ ਠੀਕ ਆ, ਬੱਲਾ ਇੱਕ ਹਥਿਆਰ ਆਪਣਾ ਪੁੱਤਾਂ ਮੈਂ। ਵੋਟਾਂ ਵੇਲੇ ਹਥਿਆਰ ਦੀ ਨਹੀਂ ਦਿਮਾਗ ਦੀ ਲੋੜ ਪੈਂਦੀ ਹੈ ਬਲਕਾਰਿਆ, ਅਤੇ ਉਹ ਤੇਰੇ ਕੋਲ ਹੈ, ਉਹ ਤਾਂ ਉੱਥੇ ਵੀ ਐਸੀ ਕਰਦਾ, ਸਮਝ ਗਿਆ? ਠੀਕ ਆ ਬਾਈ, ਜਿਵੇਂ ਸਾਨੂੰ ਠੀਕ ਲੱਗਦਾ। ਹਾਂ, ਕੰਮ ਕੀ ਦਿੱਤਾ ਸੀ ਓਏ? ਕੰਜਰ ਦਾ ਪ੍ਰੈਕਟੀਕਲ ਦਿੱਤੀ ਸੀ ਉਹਨੇ 15 ਪੇਜਾਂ ਦੀ। ਆਪਾਂ ਕੰਮ ਜਿਹੜਾ ਬੜਾ ਕੀਤਾ ਸੀ ਤੂੰ ਕਰਨਾ ਹੈ ਭਾਈ? ਅੱਜ ਕੀਤੀ ਨਹੀਂ ਕਿਸੇ ਨੇ, ਅੱਜ ਸ਼ਾਂਗੂ ਉਹ ਦੇਖੀ ਇਕੱਲੇ ਇਕੱਲੇ ਦੇ, ਅੱਜ ਢੂਕਣਾ ਘੁੱਟੂ ਫੜ ਫੜ ਕੇ ਆਏ ਦੇਖੀ ਤੂੰ, ਮਹਾਂ ਪੂਰਾ ਰੀਜਨਲ ਗੁੱਟੂ ਨਾਲੇ ਉਹਨੇ ਆਏ। ਹੈਂ ਕਿਉਂ ਲੋਟ ਹੈ ਤੂੰ ਸੁਣਾ, ਕਰ ਲੈ ਪ੍ਰੈਕਟੀਕਲ ਅੱਜ ਵਾਲੀ। ਨਾ ਯਾਰ, ਖੋਲ ਗੇਟ ਦੇਖੋ ਮਾਸਟਰ ਬੈਠਾ ਰਾਜਿੰਦਰ, ਪਿੱਛੇ ਜੇ ਬਹਿਣਾ ਹੋਇਆ ਜਾ ਪਿੱਛੇ ਜੇ। ਹਾਂ ਬਾਈ, ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਵੀ ਇਸ ਟੌਪਿਕ 'ਤੇ ਲਿਖ ਕੇ ਲਿਆਉਣਾ, ਲਿਖ ਕੇ ਲਿਆਉਂਦਾ ਕਿਸੇ ਨੇ? ਹਾਂਜੀ। ਹਾਂ ਮੰਨੂ, ਤੂੰ ਸੁਣਾ ਕੀ ਲਿਖਿਆ? ਮੈਂ ਤਾਂ ਹੀ ਭੁੱਲ ਗਈ ਖੇਤ ਵਾਗਿਆ ਦੀ ਗੱਲ, ਹੱਦ ਹੋ ਗਈ ਯਾਰ ਤੇਰੇ ਕੰਨਿਓ, ਖੜੀ ਮੋਟੀ ਸ਼ਰਮ ਕਰ ਲਓ, ਕੰਮ ਹੋ ਗਿਆ, ਬਹਿ ਜਾ। ਮੈਂ ਸੁਣਾ ਬਾਈ? ਹਾਂ ਤੂੰ ਸੁਣਾ। 26 ਜਨਵਰੀ 1950 ਨੂੰ ਜੀ ਭਾਰਤ ਵਿੱਚ ਲਾਗੂ ਹੋਇਆ ਜੀ ਸੰਵਿਧਾਨ ਆਪਣਾ, ਅਤੇ ਇਸ ਦਿਨ ਪੂਰੇ ਭਾਰਤ ਦੀ ਛੁੱਟੀ ਹੁੰਦੀ ਹੈ ਜੀ। ਬਸ ਬਹਿ ਜਾ। ਹਾਂ ਸਤਿਗੁਰ, ਸਰਬ ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ, ਭਾਰਤ ਵਿੱਚ ਲੋਕ ਰਾਜ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ, ਸੰਵਿਧਾਨ 26 ਨਵੰਬਰ 1949 ਈਸਵੀ ਨੂੰ ਸੰਵਿਧਾਨ ਸਭਾ ਵਿੱਚ ਪਾਸ ਹੋਇਆ, 26 ਜਨਵਰੀ 1950 ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ, ਇਸ ਨੂੰ ਲਿਖਣ ਲਈ 2 ਸਾਲ 11 ਮਹੀਨਿਆਂ ਦਾ ਸਮਾਂ ਲੱਗਿਆ, ਇਸ 'ਤੇ ਕਰੀਬ 6 ਕਰੋੜ ਰੁਪਏ ਖਰਚ ਆਏ, ਇਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਧਾਨਗੀ ਹੇਠ 399 ਮੈਂਬਰਾਂ ਨੇ ਤਿਆਰ ਕੀਤਾ।
संविधान की सब तो पहला वरतों इंग्लैंड विखे की गई। भारतीय संविधान दुनिया का सब तो बड़ा संविधान है। शाबाश, बहुत सोहना लिखा, पर सीखो कुछ तो। सारे ने नोट्स तैयार करवा दी। ठीक है, कितना वधिया लिखा इन्हें, यह जहा लिख के लिया करो। चलो हूँ आप अगे पढ़ते हैं, इन्होंने सारे नोट्स तैयार करवा दी। ठीक है, भारत में दो तरह की प्रणाली लागू होती है, एक संसदी एक राष्ट्रपति। साढ़े संविधान के विद्वाना ने देश को चलाने जिन्ना गल्लां की लोड़ सी उन्हां सबनू थां दित्ती। उन्होंने भविख में कोई भी गल व्याख्या लई नहीं छड्डी। कुछ बदलिया नहीं जा सकता संविधान, इस विच कुछ गल्लां अजिहियां ने जिन्हां नूं बदलिया नहीं जा सकता, पर कुछ नूं समय समय से सोध करके बेहतर किया जा सकता। किदां सर? इस तरह करने लई वख वख क्रियावां ने, पर एक गल का खास ध्यान रखा जाता है कि सारे नागरिकां का अधिकार ते सन्मान बराबर बनया रहे। सर जी, जमीनी हकीकत देखिए तां कुछ होर, अज भी पछड़े वर्ग के लोगों को उच्च वर्ग के लोगों के बराबर का सन्मान नहीं मिलता। वो इहदा सब तो वड्डा कारण पछड़ा वर्ग आप ही है। हाँ, कुछ दोष राजनीतिक पार्टियां का भी है। मैं समझाउणा, रिजर्वेशन बारे तो सुने, समय अनुसार संविधान के लिखा हुआ है, समय अनुसार 10-10 साल बाद इस कानून में सोध्या जाना चाहिदा सी, पर इन्हां राजनीतिक पार्टियां ने अपने फायदे लई इस विच अजिहा कोई सुधार नहीं किया जिहदे नाल पिछड़े वर्ग को उच्च वर्ग के बराबर सन्मान मिल सके। कोई नहीं, एक खत्म नहीं होना चाहिए, इस सुधार होना चाहिए। बह जाओ, यही अज के समय की मंग है। इसनू जातिवाद की थान कमजोर आर्थिक वर्ग में वंडिया जाना चाहिए, जिस नाल हरेक वर्ग का बराबर का अधिकार होगा और सबनों बराबर का सन्मान मिलेगा। इस नाल समाज विच्चों ऊंच नीच का भेदभाव भी खत्म होगा। जिदा शहीद भगत सिंह होरां का सुपना सी कि इंसाफ ते टिकिया समाजवादी राज होवे अते सबनों बराबर का हक मिले, ठीक उस तरह का। पर इन्हां राजनीतिक पार्टियां ने सानू ही पार के रखा होया। सर मैं समझ गया, अपने राजनीतिक फायदे लिए पछड़े वर्गों के मोहरी लोग जातिवाद को खत्म करने पर जोर नहीं देते। बिल्कुल ठीक कहा था। दीवेआं दा जगना एक पहचान है तेरी, दीवेआं दा जगना एक पहचान है तेरी, बांग सूरज रोशनी दे शान है तेरी, बांग सूरज रोशनी दे शान है तेरी, दीवेआं दा जगना, दीवेआं दा जगना। मुश्किलां ते दर्द सादारा नहीं सौखा, कर गया जो पार उदे कोल है मौका, कोल है मौका, उस दिलां दे उत्ते लाल लगाम है तेरी, उस दिलां दे उत्ते लाल लगाम है तेरी, दीवेआं दा जगना, दीवेआं दा जगना। बाकी आगे परली चढ़ गया। ओ करियां जंटे, ओ आ जाओ अंदर ही आ, लंगा ओ। ओ जवाक जे जमी नहीं करदी, गौर करदे ही खड़ेई रखदे ने सारा समान। ओ बह जा कर चाचा, इधर दुपहरे दुपहरे ले लिया कर दम पूरा। ओ दम किथे, कम तां करने पैंदे ने फिर घरे। हां जी हां जी, ठीक है, आओ बैठो। होर परिवार ठीक है चाचा? हां सब ठीक है। चलो तां भी ठीक आ। होर किवें चल रही है मुंडे दी पढ़ाई? मुंडे दी पढ़ाई वधिया चल रही है चाचा, ऐतकी चढ़ाई होने वाली है तेरी। हां जी, सरपंच कहिंदा सीगा ਕਹਿੰਦਾ ਆਪਾਂ ਨੇ ਸਤਿਗੁਰ ਨੂੰ ਪੱਕੀ ਨੌਕਰੀ 'ਤੇ ਲਵਾ ਦੇਣਾ ਐਤਕੀ। ਸਰਪੰਚ ਨਾਲ ਹੋ ਗਿਆ ਮੇਰੀ ਗੱਲ ਸਾਰੀ। ਉਹ ਅਸੀਂ ਤਾਂ ਆਪ ਇਹੀ ਚਾਹੁੰਦੇ ਹਾਂ ਵੀ ਕੁਛ ਮੁੰਡੇ ਦਾ ਕਿਸੇ ਪਾਸੇ ਬਣ ਜੇ,
ਤੇਰੀ ਚਾਚੀ ਵੀ ਇਹੀ ਕਹਿੰਦੀ ਸੀਗੀ ਉਹ ਵੀ ਸੁੱਖਾਂ ਹੀ ਸੁੱਖ ਦੇਗੀ ਰੋਜ਼ ਬਸ ਚਾਚਾ ਉਹਨੂੰ ਕਹਿੰਦੇ ਸੁੱਖਾ ਲਾਉਣ ਵਾਸਤੇ ਤਕੜੀ ਹੋ ਜਾ ਸਾਰੀ ਟੈਨਸ਼ਨਾਂ ਛੱਡ ਦੇ ਛੱਡ ਦੇਣੀ ਨੌਕਰੀ ਦਾ ਆਪਾਂ ਲਵਾ ਦੇਣਾ ਬਹੁਤ ਬਹੁਤ ਧੰਨਵਾਦ ਹੋ ਜੂਗਾ ਜੀ ਤੁਹਾਡਾ ਜੇ ਐਵੇਂ ਹੋ ਜਾਵੇ ਬਸ ਚਾਚਾ ਧਿਆਨ ਰੱਖੋ ਵੋਟਾਂ ਦਾ ਥੋੜ੍ਹਾ ਜਿਹਾ ਉਹ ਵੋਟਾਂ ਤਾਂ ਸੁਣਨੀਆਂ ਪਾਉਣੀਆਂ ਨੇ ਅਸੀਂ ਨੇ ਕਿਸੇ ਪਾਸੇ ਨਹੀਂ ਹੱਲਣ ਦਿੰਦੇ ਵੋਟ ਸਾਰੇ ਵੋਟ ਸੋਨੂੰ ਹੀ ਪਊਗੀ ਬਾਕੀ ਟੈਨਸ਼ਨ ਸਾਰੀ ਛੱਡ ਦੇ ਛੱਡ ਦੋ ਚਾਚਾ ਨਾਲ ਇੱਕ ਗੱਲ ਹੋਰ ਆ ਆ ਰਾਖਵੇਂ ਕੋਟੇ 'ਚ ਤੇਰੇ ਵਾਸਤੇ 2 ਲੱਖ ਰੁਪਏ ਦਾ ਲੋਨ ਦਵਾ ਦਾਂਗੇ ਇਹਦੇ ਵਿੱਚੋਂ 50% ਮਾਫ਼ੀ ਵੀ ਆ ਜਾਊਗੀ ਹੋ ਸਕਦਾ ਸਾਰੀ ਮਾਫ਼ ਹੋ ਜੇ ਬਿਨਾਂ ਵਿਆਜ ਤੋਂ ਬਸ ਵੋਟਾਂ ਧਿਆਨ ਰੱਖਣਾ ਉਹ ਕਾਰਿਆ ਤੂੰ ਫਿਕਰ ਨਾ ਕਰ ਸਾਡੀਆਂ ਵੋਟਾਂ ਸਾਰੀਆਂ ਤੇਰੇ ਕਨੀ ਪੱਕੀਆਂ ਨੇ ਸਰਪੰਚ ਕਨੀ ਐਂ ਤਾਂ ਭਰੋਸਾ ਚਾਚਾ ਤੇਰੇ 'ਤੇ ਪੂਰਾ ਸਾਨੂੰ ਬਸ ਧੰਨਵਾਦ ਆ ਜੀ ਤੁਹਾਡਾ ਸਾਡਾ ਇਹ ਕਿੰਨਾ ਕੰਮ ਕਰਵਾ ਦਿਓ ਬਸ ਚਾਚਾ ਕੋਈ ਟੈਨਸ਼ਨ ਨਾ ਲੈ ਸਾਰੀ ਟੈਨਸ਼ਨ ਛੱਡ ਦੇ ਚੰਗਾ ਚਾਚਾ ਚੱਲਦੇ ਆ ਫਿਰ ਹੈ ਧਿਆਨ ਰੱਖੀ ਠੀਕ ਆ ਜੀ ਬਹੁਤ ਧੰਨਵਾਦ ਤੁਹਾਡਾ ਹੋਰ ਛੱਤਗੜ ਠੀਕ ਆ ਹਾਂ ਵੀਰੇ ਵਧੀਆ ਹੋਰ ਤੁਸੀਂ ਠੀਕ ਹੋ ਹਾਂ ਹਾਂ ਵਧੀਆ ਵਧੀਆ ਕਿਉਂ ਬਾਪਾ ਠੀਕ ਆ ਹਾਂ ਠੀਕ ਹੈ ਬਲਕਾਰ ਵੀਰਾ ਕਿਵੇਂ ਆਇਆ ਸੀ ਉਹ ਕੁਝ ਨਹੀਂ ਵੋਟਾਂ ਨੂੰ ਕਹਿਣ ਆਇਆ ਸੀਗਾ ਆਪਣੇ ਬਹਾਦਰ ਸਰਕਾਰ ਤੋਂ ਲੋਨ ਪਾਸ ਕਰਾ ਰਿਹਾ ਕਹਿੰਦਾ ਸੀ ਐਸ ਸੀ ਬੀ ਸੀ ਭਾਈਚਾਰੇ ਨੂੰ ਵਿਆਜ ਵੀ ਨਹੀਂ ਭਰਨਾ ਪੈਣਾ ਨਾਲੇ 50% ਆਪਾਂ ਨੂੰ ਮਾਫ਼ ਵੀ ਹੋ ਜਾਊਗਾ ਉਹ ਭੋਲੇ ਬਾਪੂ ਆਹ ਮੁਫ਼ਤ ਦੀਆਂ ਸਕੀਮਾਂ ਨੇ ਸਮਾਜ ਵਿੱਚ ਸਾਡਾ ਕੱਦ ਛੋਟਾ ਕਰ ਰੱਖਿਆ ਆਹ ਰਾਖਵੇਂ ਕੋਟੇ ਸਾਨੂੰ ਨੀਵਾਂ ਦਿਖਾਉਣ ਲਈ ਰੱਖੇ ਹੋਏ ਨੇ ਆਪਣੀ ਮਿਹਨਤ ਅਤੇ ਯੋਗਤਾ ਮੈਂ ਇਹਨੇ ਰੱਖਦੀ ਆ ਬਾਪੂ ਬਾਹਰਲੇ ਮੁਲਕਾਂ 'ਚ ਬੰਦੇ ਦੀ ਯਾਦ ਨਹੀਂ ਉਹਦਾ ਤਜਰਬਾ ਦੇਖਦੇ ਨੇ ਤਾਂ ਹੀ ਤਾਂ ਉਹ ਦੇਸ਼ ਆਪਣੇ ਤੋਂ ਅੱਗੇ ਨੇ ਵਕਤ ਦੇ ਪਾਲੇ ਚੋਂ ਨਿਕਲੇ ਬਣ ਗਏ ਨੇ ਹੋਰ ਬਗਦੀਆਂ ਲੋਆ ਨੇ ਪਾਇਆ ਤੇਰੇ ਤੇ ਹੈ ਜੋਰ ਬਦਲਦੇ ਹਾਲਾਤਾਂ ਵਿਚਲੀ ਤਾਣ ਹੈ ਤੇਰੀ ਦੀਵਿਆਂ ਦਾ ਜਗਣਾ ਕੰਮ ਠੀਕ ਚੱਲ ਰਿਹਾ ਉਹ ਰਾਮੇ ਕੰਨੀ ਦਾ ਆਰਡਰ ਭੇਜਣਾ ਦੀ ਭੇਜਦਾ ਉਹ ਇਹ ਕਿੱਥੇ ਮਿਲਦਾ ਪੱਟੂ ਉਹ ਮਿਲਦਾ ਘੱਟ ਵੱਧ ਇਹ ਸਹੀ ਗੱਲ ਚੱਲ ਆ ਚੱਲ ਆ ਤੇਰੇ ਕੋਲ ਕੀ ਹੈ ਦੋਨੇ ਪਾਸੇ ਉਸੇ ਦੀ ਚੜ੍ਹਦੀ ਚੱਲ ਠੀਕ ਹੈ ਸਤਿ ਸ਼੍ਰੀ ਅਕਾਲ ਗੁਰਜੰਟ ਜੀ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂ ਵਧੀਆ ਜੀ ਤੁਹਾਡੇ ਹੁੰਦੇ ਸਾਨੂੰ ਕਾਹਦੀ ਫਿਕਰ ਹੈ ਕਿਵੇਂ ਆਉਣੇ ਹੋਏ ਆਉਣੇ ਤਾਂ ਬਸ ਇਲਾਕੇ 'ਚ ਤੁਹਾਡੇ ਚਰਚੇ ਸੁਣ ਕੇ ਆ ਗਏ ਮੈਂ ਕਿਹਾ ਬੜੇ ਚਰਚੇ ਕਰਾਏ ਨੇ ਅੱਜ ਕੱਲ੍ਹ ਉਹ ਚਰਚੇ ਕਰਾਉਣੇ ਪੈਂਦੇ ਨੇ ਉਹ ਚਾਰੇ ਪਾਸੇ ਗੁਰਜੰਟ ਹੋਈ ਪਈ ਹੈ ਬਾਈ ਜੀ ਆਹ ਪਾਰਟੀ ਦੀ ਪੋਜੀਸ਼ਨ ਕੀ ਲੱਗਦੀ ਹੈ ਪਾਰਟੀ ਦੀ ਪੋਜੀਸ਼ਨ ਪੂਰੀ ਵਧੀਆ ਉਹ ਭਾਰੀ ਬਹੁਮਤ ਨਾਲ ਬਣੂ ਸਰਕਾਰ ਆਪਣੀ ਨਾਲੇ ਸਾਰਾ ਲਾਣਾ ਵਿਹੜੇ ਵਾਲਾ ਆਪਣੇ ਹੱਕ 'ਚ ਭੁਗਤੂਗਾ ਬਾਈ ਆ ਵਿਹੜੇ ਵਾਲੇ ਪਾਸੇ ਬੰਦੇ ਮੈਨੂੰ ਥੋੜ੍ਹੇ ਜਿਹੇ ਹਲਦੇ ਲੱਗਦੇ ਆ ਉੱਧਰ ਕੈਲੇ ਹੋਰਾਂ ਦਾ ਜ਼ੋਰ ਜ਼ਿਆਦਾ ਉਹ 1-2 ਘਰ ਹੀ ਨੇ ਆ ਸਰਪੰਚ ਨੇ ਜਿਹੜਾ ਸਮਾਨ ਭੇਜਿਆ ਸੀ ਸਾਰੇ ਟਿਕਾਣੋ ਟਿਕਾਣੀ ਪਹੁੰਚਾਤਾ ਸਾਰੇ ਵੋਟ ਇੱਧਰ ਹੀ ਪਾਉਣਗੇ ਕੋਈ ਨਹੀਂ ਹਲਦਾ ਹੈਗਾ ਫਿਰ ਠੀਕ ਆ ਬਾਈ ਜੀ ਉਹ ਬਾਕੀ ਜਿੰਨਾ ਟਾਈਮ ਗੁਰਜੰਟ ਬਾਈ ਨੇ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਟੈਨਸ਼ਨ ਕਾਹਦੀ ਬਾਈ ਆਪਾਂ ਦਾ ਸਾਰਾ ਕੰਮ ਤੁਹਾਡੇ ਮੋਢਿਆਂ ਤੇ ਰੱਖਿਆ ਹੋਇਆ ਓਏ ਫਿਰ ਆਪਾਂ ਵੀ ਨਹੀਂ ਦੱਬਦੇ ਬਸ ਠੀਕ ਹੈ ਤੇ ਮੇਰੀ ਗੱਲ ਸੁਣ ਬਾਈ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਆ ਆਹ 1-2 ਦਿਨਾਂ ਤੱਕ MLA ਆ ਰਿਹਾ ਆਪਣੇ ਪਿੰਡ 'ਚ ਆ ਵੋਟਾਂ ਵਾਸਤੇ ਤੇ ਮੈਨੂੰ ਸਰਪੰਚ ਸਾਹਿਬ ਨੇ ਸਪੈਸ਼ਲ ਤੁਹਾਨੂੰ ਇਹ ਦੱਸਣ ਵਾਸਤੇ ਭੇਜਿਆ ਵੀ ਬਾਈ ਨੂੰ ਕਹਿਣਾ ਵੀ ਹੁਣ ਉਹ ਫ੍ਰੀ ਰਹੇ 1-2 ਦਿਨ ਆ ਜਦੋਂ MLA ਆਊ ਤੁਸੀਂ ਨਾਲ ਹੀ ਰਹਿਣਾ ਕਿਸੇ ਪਾਸੇ ਨਹੀਂ ਜਾਣਾ
ਉਹ ਇੱਕ ਇਹੋ ਜਿਹੀ ਗੱਲ ਕਰਤੀ, ਉਹ ਵੀ ਇਹੋ ਜਿਹੇ ਟਾਈਮ 'ਤੇ, ਉਹ ਮੈਂ ਨਾਲ ਹੀ ਰਹੂੰਗਾ। ਨਾਲੇ ਕਹਿੰਦੇ ਨਹੀਂ ਹੁੰਦੇ ਅਖੇ ਅਮਲੀ ਨੂੰ ਖਸ ਖਸ ਦੀ ਖੇਤੀ 'ਚ ਲੈ ਜਾਓ, ਉਹ ਤਾਂ ਉੱਥੇ ਹੀ ਡੇਰੇ ਲਾਊ, ਉਹਨੇ ਕਿੱਥੇ ਜਾਣਾ ਹੈਗਾ। ਇਹ ਤਾਂ ਐਮ ਐਲ ਏ ਸਾਹਿਬ ਸਾਰੇ ਘਰ ਆਪਣੇ ਨੇਗੇ। ਅੱਛਾ ਜੀ, ਖਿਆਲ ਰੱਖਿਓ ਆਪਣੇ, ਚੰਗਾ ਨਾਲੇ ਨਾਲ ਚੱਲੋ, ਵੋਟਾਂ ਕਹਿਣ ਆ ਜਾਓ। ਸਤਿ ਸ਼੍ਰੀ ਅਕਾਲ ਬੇਬੇ, ਸਤਿ ਸ਼੍ਰੀ ਅਕਾਲ। ਆਪਣੇ ਐਮ ਐਲ ਏ ਸਾਹਿਬ ਦਾ ਧਿਆਨ ਰੱਖਿਓ ਐਤਕੀ ਵੋਟਾਂ, ਠੀਕ ਹੈ? ਹਾਂ, ਆਪਣਾ ਚੋਣ ਨਿਸ਼ਾਨ ਜਗਦਾ ਵੱਲਭ ਹੈ। ਆਪਣੇ ਐਮ ਐਲ ਏ ਸਾਹਿਬ ਦਾ, ਠੀਕ ਹੈ ਜੀ? ਇੱਕ ਇੱਕ ਵੋਟ ਪਾਉਣੀ ਆਪਾਂ ਨੇ, ਠੀਕ ਹੈ ਜੀ? ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਖਿਆਲ ਰੱਖੋ ਆਪਣੇ ਐਮ ਐਲ ਏ ਸਾਹਿਬ ਦਾ, ਚੋਣ ਨਿਸ਼ਾਨ ਜਗਦਾ ਵੱਲਭ ਹੈ। ਸਤਿ ਸ਼੍ਰੀ ਅਕਾਲ ਬਾਈ। ਇਸ ਵਾਰ ਆਪਾਂ ਨੇ ਸਮਾਜ ਦੇ ਵਿੱਚ ਬਦਲਾਵ ਲਿਆਉਣਾ ਹੈ। ਹੁਣ ਆਪਣੇ ਐਮ ਐਲ ਏ ਸਾਹਿਬ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਜੀ ਐਮ ਐਲ ਏ ਸਾਹਿਬ। ਐਮ ਐਲ ਏ ਬਲਵੰਤ ਸਿੰਘ ਜਿੰਦਾਬਾਦ, ਐਮ ਐਲ ਏ ਬਲਵੰਤ ਸਿੰਘ ਜਿੰਦਾਬਾਦ। ਵਾਹਿਗੁਰੂ ਜੀ ਕੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਭੈਣ ਅਤੇ ਭਰਾਵੋ, ਇਸ ਵਾਰ ਤੁਹਾਡੇ ਕੋਲ ਇੱਕ ਮੌਕਾ ਆਇਆ। ਇਸ ਵਾਰ ਤੁਸੀਂ ਆਪਣਾ ਇੱਕੋ ਇੱਕ ਕੀਮਤੀ ਵੋਟ ਜਗਦੇ ਵੱਲਭ 'ਤੇ ਲਗਾ ਕੇ ਮੋਹਰ ਤੁਸੀਂ ਆਪਣੀ ਕਿਸਮਤ ਜਗਾਓ। ਜੰਟੇ ਆ ਜਾ, ਕੀ ਦੇਖਦਾ? ਤਾਂ ਜੋ ਆਪਾਂ ਸਮਾਜ ਦੇ ਵਿੱਚੋਂ ਰਿਸ਼ਵਤਖੋਰੀ, ਨਸ਼ੇ, ਭਰੂਣ ਹੱਤਿਆ, ਉਹਨਾਂ ਦਾ ਖਾਤਮਾ ਕਰ ਸਕੀਏ। ਆਜਾ ਆਜਾ। ਇਸ ਵਾਰ ਸਾਨੂੰ ਇੱਕ ਵਾਰੀ ਤੁਹਾਡੇ ਜੋ ਵੀ ਮਸਲੇ ਹੋਣਗੇ ਉਹ ਅਸੀਂ ਹੱਲ ਕਰਾਂਗੇ। ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਤੂੰ ਸਾਡੇ ਨਾਲ ਹੀ ਰਹਿਣਾ, ਠੀਕ ਹੈ? ਆਜੋ ਜੀ। ਚਲੋ
बैठो जी। पानी ले गया लिया जी लो जी मेरे साहब बिलकुल ठीक है सरपंच साहब बदलाव जरूरी है समाज में पर किस तरह का कदे दस्या कदे किसी समाज तो पूछा भी किस तरह का बदलाव चाहिए पुत अपने होने वाले एम एल ए साहब ने घर आए मेहमान की इज्जत करी होंगी है घर आए नूं असीं जी आए आखदे हां पर जे कुछ बोलांगे नहीं सानूं पता किवें लगेगा असीं समाज के दोगलेपन तो छुटकारा पाना चाहते हैं वो चुप कर जा पुत बकवास ना कर वो बड़े बंदे है ना लै दस बापू मैं कि कोई कसूर करता तू जा जा चाह बनवा के लैके आ लै दस बापू तू भी नहीं कुछ बोलन दिंदा सरपंच साहब मैं बच्चे वालों माफी चाहना जनत्या मुंडे ने समझा माड़ा जहा की बकवास करी जाता है उसी तो दिन रात समझाने भाई इनू भी माड़ा जहा देख के बोलिया कर समझा के रखा कर घर आए मेहमान की इज्जत करी दी होंगी हाँ जी हाँ समझावे जी कोई गल नहीं जनटे नवा खून है बुलाओ मुंडे नूं आपां उहदी वी गल सुणदे आ जे आपां उहदी गल ही ना सुनी फिर अपना आउण दा की फायदा ओ सतगुरु ओए इत्थे आ जा वी सतगुरु बैठ आ जा वी सतगुरु की कहना चाहुंदा तू इही कि साडे तों अज तक कदी किसे ने नहीं पुछया कि समाज विच किहो जिहा बदलाव होना चाहुंदा सतगुरु इही तां असीं पुछणा आ दस तैनूं किहो जिहा बदलाव चाहीदा मैनूं तां कदे कदे इदां लगदा ਜਿਵੇਂ ਸਿਆਸਤਦਾਨਾਂ ਨੇ ACBC ਕੋਟੇ ਸਾਨੂੰ ਨਿਯਮਾਂ ਦਿਖਾਉਣ ਲਈ ਰੱਖੇ ਹੋਇਆ ਹਰ ਇੱਕ ਚੀਜ਼ 'ਚ ਕੁਝ ਹਿੱਸਾ ਦੇ ਕੇ ਸਾਡਾ ਕੱਦ ਛੋਟਾ ਕਰ ਦਿੱਤਾ ਇੰਝ ਲੱਗਦਾ ਜਿਵੇਂ ਅਸੀਂ ਦੇਸ਼ ਦੇ ਵਾਸੀ ਨਹੀਂ ਕੋਈ ਸ਼ਰਨਾਰਥੀ ਹਾਂ ਆ ਵੀ ਤੇਰਾ ਕਹਿਣ ਦਾ ਕੀ ਮਤਲਬ ਆ ਖੁੱਲ੍ਹ ਕੇ ਦੱਸ ਮੇਰਾ ਕਹਿਣ ਦਾ ਮਤਲਬ ਇਹੀ ਹੈ ਜੀ ਇਹ ਜਾਤ ਪਾਤ ਦੇ ਫਰਕ ਨੂੰ ਖਤਮ ਕਰਕੇ ਸਾਨੂੰ ਬਰਾਬਰ ਦਾ ਹੱਕ ਮਿਲੇ ਆਰਥਿਕ ਪੱਖੋਂ ਕਮਜ਼ੋਰ ਭਾਵੇਂ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੋਵੇ ਸਰਕਾਰ ਉਹਨਾਂ ਨੂੰ ਰਾਖਵਾਂ ਕੋਟਾ ਦੇ ਕੇ ਉਹਨਾਂ ਦੀ ਸਹਾਇਤਾ ਕਰੇ ਜਿਨ੍ਹਾਂ ਨਾਲ ਸਮਾਜ ਵਿੱਚ ਸਾਡਾ ਵੀ ਕੱਦ ਉੱਚਾ ਹੋਵੇਗਾ ਅਤੇ ਦੇਸ਼ ਵੀ ਤਰੱਕੀ ਦੇ ਰਾਹਾਂ 'ਤੇ ਅੱਗੇ ਵਧੇਗਾ ਸਹੀ ਗੱਲ ਆ ਸਤਿਗੁਰ ਤੇਰੀ ਜੰਟੇ ਤੇਰਾ ਮੁੰਡਾ ਬਿਲਕੁਲ ਸਹੀ ਗੱਲ ਕਹਿੰਦਾ ਉਹ ਮੈਨੂੰ ਮੇਰੇ ਤਾਂ ਸਮਝ ਤੋਂ ਬਾਹਰੇ ਨੇ ਜੀ ਇਹਦੀਆਂ ਗੱਲਾਂ ਇਹ ਕੀ ਗੱਲਾਂ ਕਰਦਾ ਹੈਗਾ ਜਾਂ ਤੁਸੀਂ ਸਮਝੋ ਹੁਣ ਇਹ ਕੀ ਕਹਿਣਾ ਚਾਹੁੰਦਾ ਹੈਗਾ ਸਾਡੇ ਦੇਸ਼ ਨੂੰ ਤੇਰੇ ਜੀ ਸੋਚ ਦੀ ਲੋੜ ਹੈ ਸਤਿਗੁਰ ਸਾਨੂੰ ਮਾਣ ਆ ਤੇਰੇ 'ਤੇ ਤੂੰ ਜੋ ਇਹ ਬਦਲਾਅ ਦੀ ਆਵਾਜ਼ ਉਠਾਈ ਆ ਮੈਂ ਜਿੱਤ ਕੇ ਇਹ ਗੱਲ ਸਰਕਾਰ ਤੱਕ ਪਹੁੰਚਾਵਾਂਗਾ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਤਾਂ ਜੋ ਸਮਾਜ ਦੀਆਂ ਸਾਰੀਆਂ ਜਾਤੀ ਵਰਗਾਂ ਨੂੰ ਬਰਾਬਰ ਦਾ ਹੱਕ ਮਿਲੇ ਅਤੇ ਸਮਾਜ ਦੇ ਵਿੱਚੋਂ ਦੋਹਰੇਪਨ ਨੂੰ ਖਤਮ ਕੀਤਾ ਜਾਵੇ ਆਓ ਜੀ ਐਮਐਲਏ ਸਾਹਿਬ ਜੈ ਜਵਾਨ ਜੈ ਕਿਸਾਨ ਜੈ ਭੀਮ ਜੈ ਭਾਰਤ